ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਜਿਹੜਾ ਪੜ੍ਹਾਈ ਦਾ ਵਿਚਾਰ ਆ ਅੱਜ ਸਾਡੇ ਵਿੱਚ ਉਹ ਘੱਟਦਾ ਜਾ ਰਿਹਾ। ਅਤੇ ਸਿਆਣੇ ਕਹਿੰਦੇ ਆ ਜਿਹੜਾ ਪੜ੍ਹਦਾ ਆ ਉਹ ਲਿਖ ਵੀ ਸਕਦਾ ਅਤੇ ਜਿਹੜਾ ਪੜ੍ਹਦਾ ਆ ਉਹ ਬੋਲ ਵੀ ਸਕਦਾ। ਸੋ ਇਹ ਅੱਜ ਸਾਡੇ ਮਹਾਨ ਆਗੂ ਜਥੇਦਾਰ ਹਰਬੰਸ ਸਿੰਘ ਜੀ ਘੁੰਮਣ ਸਾਹਿਬ, ਇਹ ਸਬੱਬ ਸੀਗਾ ਅੱਜ ਕਿ ਇਸ ਪਿੰਡ ਦੇ ਵਿੱਚ ਅੱਜ ਤੋਂ ਹੀ, ਪਿਛਲੇ ਦਿਨਾਂ ਤੋਂ ਸਮਝ ਲਓ ਪਰਸੋਂ ਤੋਂ, ਚੋਹਲਾ ਸਾਹਿਬ ਦਾ ਜਿਹੜਾ ਜੋੜ ਮੇਲਾ ਉਹਦੇ ਸੰਬੰਧ ਵਿੱਚ ਲੜੀ ਅਖੰਡ ਪਾਠਾਂ ਦੀ ਪ੍ਰੰਭ ਹੁੰਦੀ ਆ। ਅੱਜ ਨਹੀਂ ਉਸ ਜੋੜ ਮੇਲੇ ਦੇ ਵੀ ਅਤੇ ਬਾਪੂ ਜੀ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਅੱਜ ਅੰਮ੍ਰਿਤ ਵੇਲੇ ਭੋਗ ਪਾਏ, ਕੀਰਤਨ ਤੋਂ ਬਾਅਦ ਸਾਰੀਆਂ ਵਿਚਾਰਾਂ ਵੀ ਹੋਈਆਂ ਅਤੇ ਰਾਸੀ ਵਿਚਾਰਾਂ ਵੀ ਹੋਈਆਂ ਅਤੇ ਮੈਂ ਸਮਝਦਾ ਇਹ ਬਹੁਤ ਹੈਲਦੀ ਹੋਈਆਂ, ਜਿਹੜੀਆਂ ਅੱਜ ਸਮੇਂ ਦੀ ਲੋੜ ਆ ਕਿ ਆਪਾਂ ਇਕੱਠੇ ਹੋਈਏ ਫਿਰ ਭਾਵਪੂਰਕ ਤੌਰ ਦੇ ਉੱਤੇ ਬੈਠ ਕੇ ਵਿਚਾਰਾਂ ਕਰੀਏ। ਸੋ ਉਹਨਾਂ ਦੇ ਜੀਵਨ ਪੱਖੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਸਾਰਿਆਂ 'ਤੇ ਵਿਚਾਰਾਂ ਅੱਜ ਹੋਈਆਂ ਅਤੇ ਇੱਕ ਸੈਮੀਨਾਰ ਦਾ ਰੂਪ ਬਣ ਗਿਆ। ਅਤੇ ਮੈਨੂੰ ਖੁਸ਼ੀ ਹੋਈ ਕਿ ਆਹ ਜਿਹੜਾ ਜਿੱਥੇ ਆਪਾਂ ਬੈਠੇ ਹਾਂ ਇੱਥੇ ਸਰਦਾਰ ਜਸਵੀਰ ਸਿੰਘ ਜੀ ਘੁੰਮਣ ਅਤੇ ਸਰਦਾਰ ਰਣਧੀਰ ਸਿੰਘ ਜੀ ਘੁੰਮਣ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਯਾਦ ਵਿੱਚ ਇਹਨਾਂ ਨੇ ਆਹ ਲਾਇਬ੍ਰੇਰੀ ਜਿਹੜੀ ਆ ਕਮਰਾ ਬਹੁਤ ਖੂਬਸੂਰਤ ਜਿਹਾ ਵੱਖ ਵੱਖ ਇਤਿਹਾਸਕ ਸਿੱਖ ਇਤਿਹਾਸ ਦੀਆਂ ਪੁਸਤਕਾਂ, ਗੁਰੂ ਸਾਹਿਬ ਦਾ ਗੁਰੂ ਇਤਿਹਾਸ, ਉਹ ਸਾਰਾ ਇਹਨੇ ਇੱਥੇ ਖਜ਼ਾਨਾ ਲਿਆ ਕੇ ਰੱਖਿਆ। ਅਤੇ ਮੈਂ ਪਿੰਡ ਵਾਸੀਆਂ ਨੂੰ ਅਤੇ ਆਲੇ ਦੁਆਲਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਪੜ੍ਹਨ ਦੀ ਆਦਤ ਪਾਈਏ ਅਤੇ ਇਸ ਸਥਾਨ ਦੇ ਉੱਤੇ ਆਪਾਂ ਆਹ ਜਿਹੜੀ ਲਾਇਬ੍ਰੇਰੀ ਸਥਾਪਿਤ ਕੀਤੀ ਇਹ ਅੱਜ ਬਹੁਤ ਸਮੇਂ ਦੀ ਲੋੜ ਆ। ਵੱਖ ਵੱਖ ਨਗਰਾਂ ਦੇ ਵਿੱਚ ਗੁਰਦੁਆਰਾ ਸਾਹਿਬਾਨ ਤਾਂ ਬਹੁਤ ਆ, ਉੱਥੇ ਸਾਰਾ ਪ੍ਰਚਾਰ ਵੀ ਹੁੰਦਾ ਪਰ ਪੜ੍ਹਨ ਦੀ ਬਿਰਤੀ ਜਿਹੜੀ ਉਹ ਘੱਟਦੀ ਜਾ ਰਹੀ ਆ। ਅਤੇ ਅੱਜ ਇਹਦੀ ਸ਼ੁਰੂਆਤ ਕੀਤੀ ਇਹਨਾਂ ਦੋਹਾਂ ਭਰਾਵਾਂ ਨੇ, ਮੈਂ ਵਧਾਈ ਦਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਭਾਵੇਂ ਇਹ ਉੱਦਮ ਉਪਰਾਲਾ ਇਹਨਾਂ ਦਾ ਸੀ ਪਰ ਅਸੀਂ ਵੀ ਤਿਲ ਫੁੱਲ ਜਿਹੜਾ ਇਹ 'ਚ ਪਾ ਸਕਦੇ ਯੋਗਦਾਨ। ਉਹ ਸਰਦਾਰ ਹਰਬੰਸ ਸਿੰਘ ਜੀ ਘੁੰਮਣ ਜਿਨ੍ਹਾਂ ਨੇ ਇੱਕ ਸਦੀ ਜ਼ਿੰਦਗੀ ਜਿਹੜੀ ਆ ਉਹ ਜਿਉਈ ਆ ਅਤੇ ਜ਼ਿੰਦਗੀ ਵੀ ਪੰਥ ਪ੍ਰਸਤੀ ਅਤੇ ਕੌਮ ਪ੍ਰਸਤੀ ਦੇ ਵਿੱਚ ਜਿਉਈ ਆ। ਜਿੱਥੇ ਜਾਤੀ ਜੀਵਨ ਸੀਗਾ ਉਹ 100 ਸਾਲ ਪਹਿਲਾਂ ਉਮਰ ਤੁਸੀਂ ਲਾ ਲਓ ਵੀ ਕਦੋਂ ਹੁੰਦੀ। ਅਤੇ ਮੈਨੂੰ ਇਹ ਵੀ ਅੱਜ ਦੱਸਿਆ ਗਿਆ ਕਿ ਉਸ ਦਿਨ ਵੀ ਸਵੇਰੇ ਕਿਤਾਬਾਂ ਪੜ੍ਹਦੇ ਸੀ ਅਤੇ ਉਸੇ ਦਿਨ ਸਰੀਰ ਵੀ ਛੱਡ ਗਏ। ਇਹ ਮੈਂ ਸਮਝਦਾ ਸੁਮੇਲ ਜਿਹੜਾ ਵੀ ਗੁਰੂ ਸਾਹਿਬ ਨੇ ਕਿਰਪਾ ਬਖਸ਼ਿਸ਼ ਕੀਤੀ, ਜਿਹੜੇ ਬੰਦੇ ਆਪਣੀ ਜ਼ਿੰਦਗੀ ਦਾ ਗੁਰਬਾਣੀ ਅਨੁਸਾਰ ਜ਼ਿੰਦਗੀ ਨੂੰ ਜੀਉ ਜਾਂਦੇ, ਫਿਰ ਸਤਿਗੁਰੂ ਜੀ ਆਪਣੀ ਬੁੱਕਲ ਵਿੱਚ ਵੀ ਲੈ ਲੈਂਦਾ, ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਅਤੇ ਮੈਂ ਸਮਝਦਾ ਉਹ ਸਹਿਲਾ ਮਰਨਾ ਹੀ ਸੀ ਉਹਨਾਂ ਦਾ। ਸੋ ਭਾਵੇਂ ਸਾਡੇ ਕੋਲੋਂ ਚਲ ਗਏ ਪਰ ਅੱਜ ਵੀ ਉਹਨਾਂ ਦੀ ਪਵਿੱਤਰ ਯਾਦ ਵਿੱਚ ਇੱਕ ਸੈਮੀਨਾਰ ਅਤੇ ਅਕਾਲੀ ਕਾਨਫਰੰਸ ਵੀ ਬਣ ਗਈ ਔਰ ਸਾਰਾ ਅਕਾਲੀ ਪਰਿਵਾਰ, ਕਈ ਵਾਰੀ ਵਖਰੇਵੇਂ ਹੁੰਦੇ, ਸਾਰਾ ਅਕਾਲੀ ਪਰਿਵਾਰ ਅੱਜ ਇੱਥੇ ਤਕਰੀਬਨ ਇਹ ਇਕੱਠਾ ਸੀਗਾ।